ਆਪਣੀ ਪਤਨੀ ਤੋਂ ਦੁਖੀ ਹੋ ਕੇ ਇੱਕ ਪਤੀ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ। ਖੁਦਕੁਸ਼ੀ ਤੋਂ ਪਹਿਲਾਂ ਉਸਨੇ ਇੱਕ ਵੀਡੀਓ ਬਣਾਈ ਜਿਸ ਦੇ ਵਿੱਚ ਉਸਨੇ ਆਪਣੇ ਸਹੁਰਿਆਂ ਤੇ ਗੰਭੀਰ ਇਲਜ਼ਾਮ ਲਾਏ ਨੇ। ਦੱਸਿਆ ਕਿ ਕਿਵੇਂ ਉਸਦਾ ਘਰ ਸਹੁਰਿਆਂ ਦੇ ਵੱਲੋਂ ਪੱਟਿਆ ਗਿਆ ਔਰ ਇਸ ਲੜਕੀ ਦਾ ਘਰ ਵਸਣ ਨਹੀਂ ਦਿੱਤਾ। ਮਾਮਲਾ ਬਰਨਾਲਾ ਦੇ ਧਨੌਲਾ ਦੇ ਪਿੰਡ ਜਵੰਦਾ ਪਿੰਡੀ ਦਾ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ। ਹਾਲੇ 7 ਸਾਲ ਪਹਿਲਾਂ ਇਸਦਾ ਵਿਆਹ ਹੋਇਆ ਸੀ। ਘਰ ਦੇ ਵਿੱਚ ਘਰੇਲੂ ਕਲੇਸ਼ ਚੱਲਦਾ ਸੀ ਔਰ ਸਹੁਰੇ ਆਪਣੀ ਕੁੜੀ ਨੂੰ ਨਾਲ ਲੈ ਗਏ ਸਨ ਔਰ ਫਿਰ ਰਾਜ਼ੀਨਾਮੇ ਤੋਂ ਬਾਅਦ ਕੁੜੀ ਫਿਰ ਇੱਥੇ ਆ ਕੇ ਵਸੀ ਤਾਂ ਇਸ ਤਰੀਕੇ ਦੇ ਨਾਲ ਘਰੇਲੂ ਕਲੇਸ਼ ਹੱਦਾਂ ਬੰਨੇ ਟੱਪਦਾ ਹੋਇਆ ਇੱਥੋਂ ਤੱਕ ਪਹੁੰਚ ਗਿਆ ਕਿ ਲੜਕੇ ਗੁਰਪ੍ਰੀਤ ਸਿੰਘ ਨੇ ਆਤਮ ਹੱਤਿਆ ਕਰ ਲਈ ਔਰ ਵੀਡੀਓ ਬਣਾ ਕੇ ਆਪਣੇ ਸਹੁਰਿਆਂ ਤੇ ਆਪਣੀ ਪਤਨੀ ਤੇ ਗੰਭੀਰ ਇਲਜ਼ਾਮ ਲਾਏ ਨੇ। ਦੱਸਿਆ ਜਾ ਰਿਹਾ ਕਿ ਲੜਕੀ ਨੂੰ ਇਹਨਾਂ ਦੇ ਵੱਲੋਂ ਆਈਲੈਟਸ ਕਰਵਾਈ ਗਈ, 8 ਲੱਖ ਰੁਪਏ ਖਰਚ ਦਿੱਤੇ ਔਰ ਸਹੁਰਾ ਪਰਿਵਾਰ ਹੋਰ ਪੈਸਿਆਂ ਦੀ ਡਿਮਾਂਡ ਕਰਦਾ ਸੀ ਜਿਸ ਤੋਂ ਦੁਖੀ ਹੋ ਕੇ ਗੁਰਪ੍ਰੀਤ ਨਾਮ ਦੇ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ। ਧਨੌਲਾ ਦੇ ਪਿੰਡ ਜਵੰਦਾ ਪਿੰਡੀ ਦਾ ਇਹ ਪੂਰਾ ਮਾਮਲਾ ਹੈ ਤਾਂ ਪੀੜਤਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਤਾਂ ਦੂਜੇ ਪਾਸੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਭਾਲ ਵਾਸਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ। ਗੁਰਪ੍ਰੀਤ ਦੀ ਘਰਵਾਲੀ ਦਾ ਲੜਕੇ ਗਈ ਸੀ। ਗੁਰਪ੍ਰੀਤ ਨਾਲ ਮਾੜਾ ਮੋਟਾ ਇੱਥੇ ਗੁੱਸੇ ਗਿੱਲੇ ਹੋਏ ਸੀ, ਅੱਗੇ ਵੀ ਹੋ ਜਾਂਦੇ ਨੇ ਗੁੱਸੇ ਗਿੱਲੇ, ਅੱਗੇ ਵੀ ਵੱਗ ਗਈ ਸੀ। ਸਾਲ ਭਰ ਵੱਧ ਸਰਪੰਚ ਤੇ ਪਿੰਡ ਦਾ ਮੈਂਬਰ ਸਰਪੰਚ ਸਾਰੇ ਲੈ ਕੇ ਆਏ ਸੀ ਉਹਨੂੰ। ਵਧੀਆ ਸਾਡੇ ਨਾਲ ਰਹਿੰਦੀ ਸੀ। ਬਸ ਜਦੋਂ ਉਹਨਾਂ ਦੇ ਮਾਂ ਪਿਓ ਦੇ ਹੱਥ 'ਤੇ ਚੜ ਜਾਂਦੀ ਸੀ ਉਦੋਂ ਬਸ ਉਹ ਉਹਨਾਂ ਦੀ ਉਂਗਲ 'ਤੇ ਚੜ੍ਹ ਕੇ ਉਹਦੀ ਕਹਿੰਦੀ ਸੀ ਮੈਂ ਜਾਣਾ ਵੀ ਗੁਰਪ੍ਰੀਤ ਬਹੁਤ ਵਧੀਆ ਵਧੀਆ ਬੱਚਾ ਸੀ ਸਾਡਾ, ਵਧੀਆ ਸੀ, ਸਾਰਿਆਂ ਨੂੰ ਸਾਡੇ ਪਿੰਡ 'ਚ ਪਤਾ ਕਰਨਾ ਚਾਹੀਦਾ ਵੀ ਕਿਹੋ ਜਿਹਾ ਬੱਚਾ ਦੀ ਵਧੀਆ ਸੀ ਠੀਕ ਦੀ। ਪਰ ਉਹਦੀ ਮਾਂ ਅਤੇ ਨਾਨੀ ਨੇ ਉਹਦੇ ਪਿਓ ਨੇ ਉਹਨਾਂ ਨੇ ਨਹੀਂ ਬਸਣ ਦਿੱਤੀ। ਉਹਨਾਂ ਨੂੰ ਸਾਡਾ ਬਾਹਨ ਦਿਸਦਾ ਸੀ, ਉਹਨੂੰ ਬਾਹਨ ਦੇ ਸਾਡੇ 2 ਕਿੱਲੇ ਖਾ ਗਏ ਸਾਡੇ, ਉਹ ਖਾ ਕੇ ਵੀ ਹੁਣ ਉਹਨਾਂ ਨੂੰ ਆਏ ਸੀ ਉਹਨਾਂ ਕੋਲ ਪੈਸੇ ਨੇਗੇ ਵੀ ਪੈਸਿਆਂ 'ਤੇ ਬਸ ਝਾਕ ਕਰਦੇ ਸੀ ਵੀ ਜੇ ਉਹਨਾਂ ਨੂੰ ਵੀ ਪੈਸੇ ਸਾਨੂੰ ਮਿਲ ਜਾਣ, ਕਿਸੇ ਲੋਟ ਮਿਲ ਜਾਣ, ਉਹ ਬਹਾਨੇ ਬਸ ਅਸੀਂ ਭਾਲਦੇ ਰਹਿੰਦੇ ਸੀ ਵੀ ਸਾਨੂੰ ਪੈਸੇ ਕਿਵੇਂ ਮਿਲਣਗੇ। ਹਾਨੀ ਕਾਰਨ ਮੇਰੇ ਪੁੱਤ ਦੀ ਉਹਨਾਂ ਨੇ ਜਾਨ ਲੈ ਕੇ ਛੈੜਾ ਛੱਡੀ ਆ। ਕਹਿੰਦੀ ਜੇ ਗੁਰਪ੍ਰੀਤ ਮੈਂ ਜੱਟ ਦੀ ਧੀ ਨਹੀਂ ਹੈਗੀ, ਜੇ ਕਹਿੰਦੀ ਤੈਨੂੰ ਜੇਲ੍ਹ ਦੀਆਂ ਰੋਟੀਆਂ ਨਾ ਖਵਾਈਆਂ, ਇਹੋ ਜਿਹਾ ਕੁਛ ਬੋਲਦੀ ਤੀ ਮੇਰੇ ਕੋਲੇ ਬਹੁਤ ਕੁਛ ਬੋਲ ਕੇ ਗਈ ਆ ਵੀ। ਪਰ ਉਹ ਵਧੀਆ ਸੀ ਆਪ, ਉਹਨੇ ਕਦੇ ਵੀ ਉਹ ਨਹੀਂ ਕਰਿਆ ਹੈਗਾ, ਪਰ ਉਹਦੇ ਮਾਂ ਪਿਓ ਸਾਰਾ ਕੁਛ ਉਹਨਾਂ ਨੇ ਸਾਰਾ ਕੁਛ ਕਰਾਇਆ ਗਾ। ਬਸ ਉਹਦੀ ਨਾਨੀ ਆਈ ਸੀ, ਇੱਕ ਉਹਦੀ ਮਾਂ ਆਈ ਸੀ, ਇੱਕ ਉਹਦਾ ਭਰਾ ਆਇਆ ਸੀ ਤੇ ਮੇਰੇ ਭਰਾ ਵੀ ਹੈਗੇ ਸੀ। ਉਹਨਾਂ ਨੇ ਬਹੁਤ ਮਿਹਨਤ ਕਰੀ ਵੀ ਰਮਨੀਤ ਤੂੰ ਰਹਿ ਪਾ ਇੱਥੇ ਰਹਿ ਪਾ, ਤੂੰ ਨਾ ਜਾ। ਮੈਂ ਵੀ ਕਿਹਾ ਵੀ ਆਪਣੀ ਕੁੜੀ ਦਾ ਕੱਲ੍ਹ ਨੂੰ ਪੇਪਰ ਆ, 10,000 ਰੁਪਇਆ ਭਰਿਆ ਹੋਇਆ ਗਾ, ਨਾ ਜਾ ਰਮਨੀਤ ਤੂੰ ਜਾ ਨਾ ਜਾ। ਮੰਨੀ ਨੀ ਉਹ, ਕਹਿੰਦੀ ਮੈਂ ਜਾਣੀ ਜਾਣਾ ਗਾ। ਕਹਿੰਦੀ ਮੈਂ ਕੀ ਕਰਨਾ, ਕੁਛ ਨੀ ਕਰਨਾ ਹੈਗਾ ਵੀ ਮੈਂ ਤਾਂ ਜਾਣਾ ਗਾ, ਮੈਂ ਰਹਿਣਾ ਹੀ ਨੀ ਸੀ ਉਹ ਕਾਲ, ਤੇਰੇ ਤਾਂ ਮੈਂ ਰਹਿਣਾ ਹੀ ਨਹੀਂ ਹੈਗਾ। ਮੈਂ ਤਾਂ ਹੋਰ ਮੁੰਡੇ ਨਾਲ ਆ, ਉਹਦੇ ਨਾਲ ਹੋਰ ਮੁੰਡਿਆਂ ਦੇ ਫੋਨ ਆਉਂਦੇ ਸੀ, ਹੋਰ ਮੁੰਡਿਆਂ ਨਾਲ ਗੱਲਾਂ ਕਰਦੀ ਸੀ, ਚੈਟ ਵੀ ਕਰਦੀ ਸੀ ਉਹ। ਮੇਰਾ ਪੁੱਤ ਅਨਪੜ੍ਹ ਸੀ, ਉਹਨੂੰ ਕੁਛ ਪਤਾ ਨਹੀਂ ਸੀ ਹੈਗਾ ਲੱਗਦਾ ਹੈਗਾ, ਨਾਲੇ ਅਸੀਂ ਵੀ ਸਾਰੇ ਅਨਪੜ੍ਹ ਆ, ਸਾਨੂੰ ਕੁਛ ਪਤਾ ਨਹੀਂ ਲੱਗਦਾ ਹੈਗਾ। ਉਹਦੇ ਜਦੋਂ ਅਸੀਂ ਪਰਾਂ ਹੋ ਜਾਂਦੇ ਬਿੰਦੇ ਉਹਦੇ ਫੋਨ ਵੱਜਦੇ ਸੀ, ਬਿੰਦੇ ਉਹਦੇ ਫੋਨ ਵੱਜਦੇ ਸੀ ਤੇ ਮੇਰਾ ਮੁੰਡਾ ਕਹਿੰਦਾ ਸੀ ਜੇ ਹੋਰਾਂ ਕੋਲੇ ਵੀ ਵੱਗ ਜਾਂਦਾ ਬਿੰਦ ਝੱਟ ਤਾਂ ਉਹਨਾਂ ਬਿੰਦੇ ਫੋਨ ਲਾ ਕੇ ਹੋਰਾਂ ਮੁੰਡਿਆਂ ਨਾਲ ਵੀ ਕਹਿ ਦੇਣਾ ਸੀ ਤੂੰ ਕੁੜੀਆਂ ਕੋਲੇ ਜਾਂਦਾ ਤੂੰ ਐਂ ਕਰਦਾ, ਉਹਦੇ ਦੂਸਰੇ ਚੱਕਦੀ ਸੀ। ਪਰ ਮੇਰਾ ਪੁੱਤ ਇਹੋ ਜਿਹਾ ਹੈ ਨਹੀਂ ਸੀ, ਪਰ ਮੈਨੂੰ ਨੇ ਸਾਫ ਚਾਹੀਦਾ ਗਾ। ਉਹਨੇ ਗੋਲੀਆਂ ਖਾਧੀਆਂ, ਢੋਲ ਵਾਲੀਆਂ, ਕਣਕ ਵਾਲੀਆਂ, ਤੇ ਵੀ ਉਹਨੇ ਤੰਗ ਹੋ ਕੇ ਖਾਧੀਆਂ ਨੇ, ਬਹੁਤ ਤੰਗ ਹੋ ਗਿਆ ਸੀ। ਉਹਨੇ ਦੱਸਿਆ ਹੀ ਨਹੀਂ ਹੈਗਾ ਮੈਨੂੰ ਕੁਛ ਵੀ ਮੈਨੂੰ ਤਾਂ ਹੀ ਕਿਹਾ ਸੀ, ਕਹਿੰਦਾ ਬਸ ਮਾਂ ਮੈਂ ਅੱਜ ਦਾ ਦਿਨ ਹੀ ਆ ਤੇਰਾ। ਪਰ ਮੇਰਾ ਸਾਡੇ ਸੇਰ ਪੁੱਟ ਦਾ ਪੁੱਤ ਮੇਰਾ
ਮਾਤਾ ਨੇ ਇੰਨਾ ਪਿਆਰ ਦੇ ਵਿੱਚ ਆਦੇ ਚ ਮੇਰਾ ਬੁੱਧ ਸਾਡਾ ਸੀ। ਮਨਦੀਪ ਸਿੰਘ ਹੈ ਸਰਪੰਚ ਪਿੰਡ ਜਵੰਦਾ ਪਿੰਡੀ। ਹਾਂਜੀ, ਇਹ 7 ਸਾਲ ਹੋ ਗਏ ਸੀ ਵਿਆਹ ਨੂੰ ਗੁਰਪ੍ਰੀਤ ਦੇ ਹੋਏ ਨੇ ਜੀ। ਇਹ 7 ਸਾਲਾਂ ਬਾਅਦ ਇਹਨਾਂ ਨੇ ਕੁੜੀ ਲੜਕੀ ਨੂੰ ਆਈਲੈਕਸ ਵੀ ਕਰਾਇਆ ਜੀ ਇਹਨਾਂ ਨੇ। ਬਹੁਤ ਜ਼ਿਆਦਾ ਰਾਜ ਸਿੰਘ ਨੇ ਜਾ ਕੇ ਆਪ ਪੜ੍ਹਾਉਂਦਾ ਰਿਹਾ ਜੀ, ਉਦੋਂ ਕੋਈ ਆਈਲੈਕਸ ਕਰਾਤਾ ਜੀ ਇਹਨਾਂ ਨੇ। ਤੋਰ ਨਹੀਂ ਬਾਰੇ ਪੈਸੇ ਭਰਨੇ ਚਾਹੇ, ਉਹ ਲੜਕੇ ਲੜਕੀ ਉੱਥੇ ਵੱਗ ਗਏ ਪੇਕੀ, ਉਦੋਂ ਲੰਘ ਗਿਆ ਸਾਲ ਭਰ ਆਈਲੈਕਸ ਦਾ ਟਾਈਮ ਲੰਘ ਗਿਆ। ਉਹ ਦੋ ਵਾਰ ਵਿੱਚ ਪੈ ਗਏ, ਇੱਕ ਮੇਰਾ ਚਾਚਾ ਇੱਕ ਮੈਂ, ਅਸੀਂ ਉਹਨਾਂ ਨੂੰ ਆਪਦੀ ਜ਼ਿੰਮੇਵਾਰੀ 'ਤੇ ਲੈ ਕੇ ਲੜਕੀ ਨੂੰ ਲਿਆਏ ਲਿਆ ਕਈ। ਫਿਰ ਵੀ ਜਾਣੇ ਉਹ 8 ਲੱਖ ਰੁਪਏ ਦੀ ਮੰਗ ਕਰੀ ਉਹਦੇ ਕੁੜੀ ਦੇ ਪਿਓ ਨੇ, ਵੀ ਮਸ਼ੀਨ ਲਿਆਉਣੀ ਆ ਕੁੜੀ ਨੂੰ ਤਾਂ ਤੋਰੂੰਗਾ। 8 ਵਿੱਚ ਪੈ ਕੇ ਅਸੀਂ ਮੱਲੋ ਮੱਲੀ ਫਿਰ ਉਹਨਾਂ ਦਾਪ ਪਾ ਕੇ ਲੜਕੀ ਨੂੰ ਲਿਆਏ ਜੀ। ਲਿਆ ਕੇ ਉਦੋਂ ਬਾਅਦ ਫਿਰ ਜੀ ਇੱਥੇ ਆ ਕੇ ਲੜਾਈ ਘੋਲ, ਬਸ ਕਿਤੇ ਕੋਈ ਦੂਸਰਾ ਲਾ ਦੇਣਾ ਮੁੰਡੇ 'ਤੇ, ਕੋਈ ਕਿਸੇ ਪਾਸੇ ਵੱਗ ਗਿਆ ਉਹਨੂੰ ਫੋਨ ਕਰ ਲਿਆ, ਜਾਣੇ ਤੰਗੀ ਕਰਦੇ ਰਹੇ ਬਹੁਤ ਜ਼ਿਆਦਾ। ਜਾਏ ਤੋਂ ਜ਼ਿਆਦਾ ਕਿਤੇ ਕੋਈ ਮੁੰਡਾ ਕਿਸੇ ਨੂੰ ਵੱਗ ਗਿਆ ਉਹਨੂੰ ਫੋਨ ਕਰਤਾ, ਕਾ ਕੋਈ ਮਾੜੀ ਗੱਲ ਹੋਊਗੀ ਉਹਦੀ ਸੱਦਣ ਦੇਖੇ ਆ ਕੇ ਲੜਕੀਆਂ ਦੇ ਪੇਕਿਆਂ ਨੂੰ। ਬਹੁਤ ਅਸੀਂ ਮਿੰਨਤਾਂ ਕਰੀਆਂ, ਬਹੁਤ ਵਾਰੀ ਆਖਿਆ ਵੀ ਤੁਸੀਂ ਇਹ ਕੰਮ ਰਹਿਣ ਦਿਓ। ਆਹ ਹੁਣ ਥੋੜ੍ਹੇ ਦਿਨ ਹੋਏ ਨੇ ਉਹਦੇ ਆ ਕੇ ਜੀ, ਇਹਨਾਂ ਨੇ ਆ ਕੇ ਉਸਨੇ ਫੋਨ ਕਰਤਾ ਵੀ ਆ ਕੇ ਮੈਨੂੰ, ਕਹਾ ਗੁਰਪ੍ਰੀਤ ਉਹ ਕਰਦਾ ਹੀ ਲੜਦਾ ਮੇਰੇ ਨਾਲ। ਉਹ ਆ ਗਏ, ਇੱਕ ਨਾਨੀ ਆ ਗਈ ਉਹਦੀ, ਇੱਕ ਕੁੜੀ ਦੀ ਮਾਂ ਆ ਗਈ, ਇੱਕ ਕੁੜੀ ਦਾ ਭਾਈ ਆ ਗਿਆ, ਗੱਡੀ ਕਿਰਾਏ 'ਤੇ ਲੈ ਕੇ ਆਏ ਨੇ ਜੀ ਆ ਕੇ। ਬਹੁਤ ਮੈਂ ਤਾਂ ਕੰਮ ਸੀ ਉਹਦੇ, ਮੇਰੇ ਚਾਚੇ ਨੂੰ ਭੇਜਿਆ ਜੀ ਮੈਂ ਇੱਥੇ ਆ ਕੇ। ਬਹੁਤ ਮਿੰਨਤਾਂ ਕਰੀਆਂ ਉਹਨਾਂ ਨੇ, ਜਾਏ ਤੋਂ ਜ਼ਿਆਦਾ ਵੀ ਤੁਸੀਂ ਕੁੜੀ ਦਾ ਪੇਪਰ ਆ ਵੀ ਤੁਸੀਂ ਖੜ ਜਾਓ ਉਹਦੇ ਨਾਲ ਜਾਇਓ। ਬਹੁਤ ਕਿਸੇ ਲੋਟ ਨਹੀਂ ਮੰਨਿਆ ਜੀ, ਬਹੁਤ ਉਹਨੇ ਮਿੰਨਤਾਂ ਕਰੀਆਂ ਜਾਏ ਤੋਂ ਜ਼ਿਆਦਾ, ਨਾ ਕਿਸੇ ਲੋਟ ਆਈ। ਉਹ 3 ਵਜੇ ਲੜਕੀ ਨੂੰ ਲੈ ਕੇ ਵੱਗ ਗਏ। ਉਦ ਗੁਰਪ੍ਰੀਤ ਨੇ ਵੀ ਬਹੁਤ ਮਿੰਨਤਾਂ ਕਰੀਆਂ ਉਹਨਾਂ ਨੇ, ਵੀ ਮੈਂ ਪੈਰੀ ਵੀ ਹੱਥ ਲਾਤੇ ਉਹਨਾਂ ਨੇ ਵੀ ਤੁਸੀਂ ਕੁੜੀ ਦੇ ਨਾਲ ਜਾਓ। ਕਿਸੇ ਲੋਟ ਨਹੀਂ ਮੰਨਿਆ ਜੀ, ਅਸੀਂ ਤਾਂ ਨਿਬੇੜ ਮਾਈ ਤਲਾਕ ਕਰਾਉਣਾ ਹੀ ਕਹੀ ਗਏ ਬਸ, ਕਿਸੇ ਰਾਹ ਨਹੀਂ ਦਿੱਤਾ ਗੱਲ ਦਾ ਕੋਈ। ਫਿਰ ਅੱਖ ਗਈ ਉਹ 7 ਵਜੇ 7:30 ਵਜੇ ਆਹ ਗੋਲੀਆਂ ਖਾ ਗਈ ਕਣਕ ਦੀਆਂ ਸਵਾਸ ਦੀਆਂ। ਉਦੋਂ ਬਾਅਦ ਉਹਨੇ ਖਾ ਕੇ ਗੋਲੀਆਂ ਵੀਡੀਓ ਬਣਾਈ ਹੈ ਜੀ। ਵੀਡੀਓ ਬਣਾ ਕੇ ਜੀ ਉਹ ਸਾਰਿਆਂ ਨੇ ਉਹਨਾਂ ਨੇ ਨਾਂ ਲੈ ਕੇ ਧਰ ਕੇ, ਇੱਕ ਆਪਦੀ ਘਰ ਵਾਲੀ ਦਾ ਨਾਂ ਲਿਆ ਜੀ ਉਹਨੇ ਵਿੱਚ ਵੀਡੀਓ 'ਤੇ ਬਣਾ ਕੇ, ਇੱਕ ਆਪਦੀ ਸੱਸ ਦਾ ਨਾਂ ਲਿਆ ਜੀ ਉਹਨੇ ਵਿੱਚ, ਇੱਕ ਆਪਦੇ ਸਹੁਰੇ ਦਾ ਨਾਂ ਲਿਆ ਜੀ, ਦੋਨੇ ਆਪਦੇ ਸਾਲਿਆਂ ਦਾ ਨਾਂ ਲਿਆ ਜੀ ਵਿੱਚ, ਇਹ ਕੋਈ ਨਾਨੀ ਹੈ ਜੀ ਉਹ ਵੀ ਬਹੁਤ ਵਿੱਚ ਯੋਗਦਾਰ ਆ, ਉਹਨੇ ਵੀ ਬਹੁਤ ਵਿੱਚ ਹੈਰਾਨ ਵੀ ਕਰਦੇ ਸੀ ਆ ਕੇ। ਸਾਰੀ ਕੋਈ ਨਹੀਂ ਹੋਈ ਜੀ, ਅਸੀਂ ਕਹਿੰਦੇ ਵੀ ਸਾਰਿਆਂ ਨੂੰ ਫੜਿਆ ਜਾਵੇ ਜੀ, ਸਜ਼ਾ ਪੂਰੀ ਸਖ਼ਤ ਤੋਂ ਸਖ਼ਤ ਮਿਲਣੀ ਚਾਹੀਦੀ ਜੀ। ਸਾਡਾ ਗਾਬਰੂ ਬੰਦਾ ਮਰਵਾਤਾ, ਉਹ ਝੋਟੇ ਵਰਗਾ ਗਾਬਰੂ ਸੀ ਜੀ, ਬਹੁਤ ਚੰਗਾ ਮੁੰਡਾ ਸੀ, ਤੇਰਾ ਇਕੱਲਾ ਮੁੰਡਾ ਸੀ। ਉਹਦੇ 1 ਬੇਟੀ ਆ ਜੀ 5 ਸਾਲ ਦੀ, ਬੇਟੀ ਵੀ ਅਸੀਂ ਸਾਨੂੰ ਮਿਲਣੀ ਚਾਹੀਦੀ ਹੈ ਜੀ, ਉਹਨੂੰ ਦਾਦਾ ਦਾਦੀ ਨੂੰ ਬੇਟੀ ਮਿਲਣੀ ਚਾਹੀਦੀ ਹੈ ਜੀ। ਗੁਰਪ੍ਰੀਤ ਦੇ ਕਿੰਨੇ ਭਰਾ ਨੇ? ਇਹ 2 ਭਰਾ ਨੇ ਜੀ ਗੁਰਪ੍ਰੀਤ। ਹਾਂਜੀ ਹਾਂਜੀ, ਭੈਣ ਕੋਈ ਨਹੀਂ ਹੈਗੀ ਜੀ, 2 ਭਰਾ ਨੇ ਜੀ। ਹਾਂਜੀ, ਮੈਂ ਇੰਸਪੈਕਟਰ ਪ੍ਰਪਾਲ ਸਿੰਘ SHO ਧਨੌਲਾ ਜੀ। 9:30 ਨੂੰ ਸਾਨੂੰ ਸੂਚਨਾ ਮਿਲੀ ਸੀਗੀ, ਜਿਹਦੇ ਵਿੱਚ ਉਮੀਦ ਹਸਪਤਾਲ ਸੰਗਰੂਰ ਮੁੰਡਾ ਗੁਰਪ੍ਰੀਤ ਸਿੰਘ ਉਮਰ 24 ਸਾਲ ਜਿਹੜਾ ਦਾਖਲ ਸੀਗਾ, ਜਿਹਦੀ ਤੜਕੇ 4 ਵਜੇ ਡੈਥ ਹੋ ਗਈ ਸੀਗੀ, ਜਿਹਦੇ ਅਸੀਂ 306/34 IPC FIR 21 ਅਸੀਂ ਦਰਜ ਕੀਤਾ ਸੀਗਾ। ਇੱਕ ਮੁੰਡੇ ਦੀ ਨਾਨੀ ਅਤੇ ਮੁੰਡੇ ਦੀ ਘਰ ਵਾਲੀ ਅਤੇ ਇੱਕ ਮੁੰਡੇ ਦੀ ਸੱਸ, ਉਹਨਾਂ 'ਤੇ ਅਸੀਂ ਪਰਚਾ ਦਿੱਤਾ, ਅਸੀਂ ਬਹੁਤ ਜਲਦੀ ਜਿਹਦੇ ਵਿੱਚ ਗ੍ਰਿਫਤਾਰੀ ਹੋ ਜੂਗੀ। ਵੀਡੀਓ ਦੇ ਵਿੱਚ ਜਿਹੜਾ ਮੁੰਡਾ ਉਹ ਸੁਸਾਈਡ ਦੀ ਮਤਲਬ ਗੱਲ ਕਰ ਰਿਹਾ, ਉਹ ਇਹੀ ਗੱਲ ਕਹਿ ਰਿਹਾ ਵੀ ਜਿਹੜਾ ਮੈਂ ਇਹਨਾਂ ਤੋਂ ਤੰਗ ਆ ਕੇ, ਨਾਨੀ ਸੱਸ ਅਤੇ ਆਪਣੀ ਘਰ ਵਾਲੀ ਤੋਂ ਤੰਗ ਹੋ ਕੇ ਜ਼ਹਿਰ ਖਾ ਰਿਹਾ। ਅਸੀਂ ਅੱਡ ਅੱਡ ਟੀਮਾਂ ਬਣਾਈਆਂ ਹੋਈਆਂ ਨੇ, ਜਿਹੜੀ ਸਾਡੀ ਰੇਡਾਂ ਜਾ ਰਹੀ ਨੇ, ਇਹਦੇ ਵਿੱਚ ਬਹੁਤ ਜਲਦੀ ਗ੍ਰਿਫਤਾਰੀ ਹੋਣ ਦੀ ਸਾਨੂੰ ਸੰਭਾਵਨਾ।